ਸਿੱਖ ਜਿਹੜੇ ਨੇ ਲੰਬੇ ਵੇਲੇ ਤੋਂ ਉਹਨਾਂ ਦੇ ਪਰਿਵਾਰ ਵੀ ਉਡੀਕ ਰਹੇ ਸੀਗੇ, ਉਹ ਵਾਪਸ ਆ ਸਕਣਗੇ ਕਿਵੇਂ? ਦੇਖੋ, ਬਹੁਤ ਵੱਡੀ ਸਾਡੇ ਲਈ ਖੁਸ਼ਖਬਰੀ ਆ, ਇੱਕ ਬਹੁਤ ਵੱਡੀ ਰਿਲੀਫ ਆ, ਕਿਉਂਕਿ 1984 ਦਾ ਜੋ ਕਤਲੇਆਮ ਹੋਇਆ, ਜੋ ਪੰਜਾਬ ਅੰਦਰ ਪੰਜਾਬ ਪੁਲਿਸ ਸਰਕਾਰਾਂ ਵੱਲੋਂ ਦਹਿਸ਼ਤਗਰਦੀ ਕੀਤੀ ਗਈ, ਉਸ ਤੋਂ ਬਾਅਦ ਜਿਹੜੇ ਵਿਦੇਸ਼ਾਂ 'ਚ ਸਿੱਖ ਸਾਡੀ ਆਵਾਜ਼ ਨੂੰ ਚੁੱਕਦੇ ਸੀ, ਸਾਡੇ 'ਤੇ ਉਰੇ ਜ਼ੁਲਮ ਔਰ ਧੱਕਿਆਂ ਦੇ ਖਿਲਾਫ਼ ਬੋਲਦੇ ਸੀ, ਕਾਂਗਰਸ ਦੀ ਸਰਕਾਰਾਂ ਉਹਨਾਂ ਨੂੰ ਬਲੈਕਲਿਸਟ ਪਾ ਦਿੰਦੀਆਂ ਸੀ ਵੀ ਇਹ ਬਲੈਕਲਿਸਟ ਆ ਜੋ ਇੰਡੀਆ 'ਚ ਨਹੀਂ ਵੱਢ ਸਕਦਾ, ਤਾਂ ਕਿ ਉਹਨਾਂ ਨੂੰ ਟੋਰਚਰ ਕੀਤਾ ਜਾਵੇ, ਉਹਨਾਂ ਦੇ ਪਰਿਵਾਰਾਂ ਤੋਂ ਦੂਰ ਰੱਖਿਆ ਜਾਵੇ ਔਰ ਉਹ ਸਾਡੀ ਲੜਾਈ ਨਾ ਲੜਨ। ਮੈਂ ਧੰਨਵਾਦ ਕਰਦਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ, ਦੇਸ਼ ਦੇ ਗ੍ਰਹਿ ਮੰਤਰੀ ਜੀ ਦਾ ਸ਼੍ਰੀ ਅਮਿਤ ਸ਼ਾਹ ਜੀ ਦਾ ਔਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ। ਇਹ ਦੇਸ਼ ਨੇ ਬੜਾ ਵੱਡਾ ਫੈਸਲਾ ਲਿਆ। ਜਿਹੜੇ ਲੋਕਾਂ ਨੂੰ ਅੱਜ ਤੱਕ ਸਿੱਖਾਂ ਨੂੰ ਅੱਤਵਾਦੀ ਦੱਸਿਆ ਜਾਂਦਾ ਸੀ, ਵੱਖਵਾਦੀ ਦੱਸਿਆ ਜਾਂਦਾ ਸੀ ਔਰ ਦੇਸ਼ ਵੜਨ ਤੋਂ ਰੋਕਿਆ ਜਾਂਦਾ ਸੀਗਾ, ਸਰਕਾਰ ਨੇ ਖੁੱਲ੍ਹੇਆਮ ਇਸ ਗੱਲ ਨੂੰ ਅਨਾਊਂਸ ਕੀਤਾ ਹੈ ਵੀ ਇਹ ਜਿਹੜੇ ਨੇ ਇਹ ਅੱਛੇ ਸਿਟੀਜ਼ਨ ਨੇ, ਇਹਨਾਂ ਦੇ ਕਿਰਦਾਰ, ਇਹਨਾਂ ਦੀ ਸੋਚ ਦੇਸ਼ ਦੇ ਖਿਲਾਫ਼ ਅੱਤਵਾਦ ਔਰ ਵੱਖਵਾਦ ਦੀ ਨਹੀਂ ਬਲਕਿ ਕੇਵਲ ਔਰ ਕੇਵਲ ਇਨਸਾਫ਼ ਸਿੱਖਾਂ ਨੂੰ ਮਿਲੇ ਉਸ ਦੀ ਲੜਾਈ ਲੜ ਰਹੇ ਸੀ। ਅੱਜ ਉਹਨਾਂ ਨੂੰ ਜਦੋਂ ਬਲੈਕਲਿਸਟ ਤੋਂ ਬਾਹਰ ਕੀਤਾ ਗਿਆ ਹੈ, ਮੈਂ ਜਿੱਥੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਨੂੰ ਵਧਾਈ ਦਿੰਦਾ, ਉਹਨਾਂ ਨੂੰ ਇਸ ਗੱਲ ਦੀ ਵਧਾਈ ਵੀ ਦਿੰਦਾ ਹੈ ਕਿ ਤੁਹਾਡੀ ਜਿੱਤ ਜਿਹੜੀ ਸਿੱਖ ਕੌਮ ਨਾਲ ਤੁਸੀਂ ਖੜ ਕੇ ਸਾਡੀ ਲੜਾਈ ਲੜੀ ਸੀ ਔਰ ਸਾਡੇ ਵਾਸਤੇ ਤੁਸੀਂ ਬਹੁਤ ਲੰਬੀ ਜੱਦੋਜਹਿਦ ਕੀਤੀ ਆ, ਅਸੀਂ ਤੁਹਾਡਾ ਸ਼ੁਕਰਗੁਜ਼ਾਰ ਹਾਂ, ਤੁਹਾਡਾ ਧੰਨਵਾਦ ਕਰਦੇ ਹਾਂ ਔਰ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਲੜਾਈ ਲੜਨ ਵਾਲਿਆਂ ਨੂੰ ਅੱਜ ਬਲੈਕਲਿਸਟ 'ਚੋਂ ਬਾਹਰ ਕੀਤਾ ਗਿਆ ਔਰ ਸਾਡੇ ਨਾਲ ਸਾਡੇ ਵਾਸਤੇ ਇਨਸਾਫ਼ ਮੰਗਣ ਵਾਲੇ ਲੋਕਾਂ ਦੇ ਨਾਲ ਵੀ ਅੱਜ ਕਾਂਗਰਸ ਸਰਕਾਰਾਂ ਨਾਲ ਇਸ ਸਰਕਾਰ ਨੇ ਇਨਸਾਫ਼ ਕੀਤਾ ਜਿਨ੍ਹਾਂ ਨਾਲ ਕਾਂਗਰਸ ਬੇਇਨਸਾਫ਼ ਕਰ ਰਹੀ। ਲੇਕਿਨ ਲੱਗਦਾ ਹੈ ਕਿ ਲੰਬੇ ਸਮੇਂ ਤੋਂ ਜਿਸ ਤਰੀਕੇ ਨਾਲ ਲਟਕਾਇਆ ਜਾ ਰਿਹਾ ਸੀ, ਇੱਥੇ ਇਹਦੇ ਪਿੱਛੇ ਵੀ ਕੋਈ ਰਾਜਨੀਤਿਕ ਇੱਕ ਮਕਸਦ ਰਿਹਾ ਕਿਸੇ ਪਾਰਟੀ ਦਾ? ਠੀਕ, ਜਿਨ੍ਹਾਂ ਨੇ ਬਣਾਇਆ ਸੀ ਉਹਨਾਂ ਦਾ ਮਕਸਦ ਇਹੀ ਸੀ, ਕਿਉਂਕਿ ਮੰਨ ਲਓ ਜੇ ਇੰਗਲੈਂਡ 'ਚ ਬੈਠ ਕੇ ਮੇਰੇ ਲਈ ਕੋਈ ਆਵਾਜ਼ ਚੁੱਕਦਾ ਸੀ ਵੀ ਯਾਰ ਇਹ ਸਿੱਖਾਂ ਧੱਕਾ ਹੋ ਗਿਆ, ਉਹ ਕਹਿੰਦੇ ਸੀ ਅੱਛਾ ਤੂੰ ਵੱਜ ਚੁੱਕੇ ਆ, ਤੂੰ ਬਲੈਕਲਿਸਟ ਅੰਦਰ। ਦੂਜਾ ਚੁੱਕਦਾ ਸੀ ਕੇਸ ਗਲਤ ਬਣਾ ਦਿੱਤਾ, ਕਹਿੰਦਾ ਅੱਛਾ ਤੂੰ ਵੱਜ ਚੁੱਕੇ ਆ, ਤੂੰ ਵੀ ਬਲੈਕਲਿਸਟ ਅੰਦਰ। ਮਕਸਦ ਇਹ ਸੀ ਇੰਨਾ ਡਰਾ ਦਿਓ ਕਿ ਇੰਡੀਆ ਦੇ ਅੰਦਰ ਜਿਹੜੇ ਸਿੱਖ ਬੈਠੇ ਉਹਨਾਂ ਦਾ ਕੋਈ ਸਾਥ ਨਾ ਦੇਵੇ ਵਿਦੇਸ਼ੀ, ਮਕਸਦ ਇਹ ਸੀ। ਅੱਜ ਜਿਨ੍ਹਾਂ ਸਾਡਾ ਸਾਥ ਦਿੱਤਾ ਸੀ ਉਹਨਾਂ ਨੂੰ ਇਨਸਾਫ਼ ਅੱਜ ਮਿਲਿਆ, ਸਾਨੂੰ ਤਾਂ ਇਨਸਾਫ਼ ਮਿਲਿਆ ਪਰ ਮੈਂ ਸਮਝਦਾ ਉਹਨਾਂ ਨੂੰ ਇਨਸਾਫ਼ ਅੱਜ ਮਿਲਿਆ ਜਿਹੜੀ ਸਾਡੇ ਇਨਸਾਫ਼ ਦੀ ਲੜਾਈ ਲੜਦੇ ਪਏ ਸੀ। ਜੀ ਦੋ ਲੋਕ ਰਹਿ ਗਏ ਆ, 314 ਤੇ 312, ਵੱਡੀ ਚੀਜ਼ ਹੈ ਇੱਕ 312। ਉਹ ਦੋ ਲੋਕ ਕੌਣ ਨੇ ਉਹਨਾਂ ਬਾਰੇ 'ਚ ਤਾਂ ਮੈਂ ਨਹੀਂ ਅੱਜ ਨਾਮ ਲੈ ਕੇ ਗੱਲ ਕਰ ਸਕਦਾ, ਉਹਦੇ ਬਾਰੇ ਤੁਹਾਨੂੰ ਪਤਾ ਲੱਗ ਜੂਗਾ। ਉਹ ਕੋਈ ਡਾਇਰੈਕਟਲੀ ਇਹਨਾਂ ਇਸ਼ੂਜ਼ ਨਾਲ ਰਿਲੇਟਡ ਨਹੀਂ, ਉਹ ਕਿਸੇ ਹੋਰ ਕਾਰਨ ਤੋਂ ਨੇ ਪਰ ਉਹ ਸਰਕਾਰ ਦੀ ਰੀਜ਼ਨ ਨੇ, ਕੀ ਰੀਜ਼ਨ ਨੇ ਉਹ ਸਰਕਾਰ ਆਪ ਡਿਸਕਲੋਜ਼ ਕਰੂਗੀ। ਪਰ ਮੈਂ ਤੁਹਾਨੂੰ ਇਹ ਦੱਸ ਸਕਦਾ ਹਾਂ ਕਿ ਜਿਹੜੇ ਲੋਕਾਂ ਨੇ ਸਾਡੇ ਉੱਤੇ ਹੋਰੇ ਧੱਕੇਸ਼ਾਹੀਆਂ ਜਾਤੀਆਂ ਦੇ ਖਿਲਾਫ਼ ਆਵਾਜ਼ ਉੱਠੀ ਸੀ ਉਹਨਾਂ 'ਚੋਂ ਕੋਈ ਬਲੈਕਲਿਸਟ ਅੰਦਰ ਨਹੀਂ ਰਿਹਾ, ਕੋਈ ਪਰਪਸ ਨਹੀਂ ਕਿਸੇ ਹੋਰ ਕਾਰਨ ਤੋਂ, ਕਿਸੇ ਹੋਰ ਕ੍ਰਾਈਮ ਦੇ ਕਾਰਨ ਨੇ, ਉਹ ਗੱਲ ਇੱਕ ਵੱਖਰੀ। ਮਨਜੀਤ ਸਿੰਘ ਜੀ ਕੇ ਨੇ ਨਵੀਂ ਪਾਰਟੀ ਬਣਾ ਦਿੱਤੀ ਹੈ, ਹੁਣ ਕਿਵੇਂ ਦੇਖਦੇ ਹੋ ਮਨਜੀਤ ਸਿੰਘ ਜੀ ਕੇ ਜੋ ਤੁਹਾਡੇ ਪੁਰਾਣੇ ਸਾਥੀ ਦੇ? ਦੇਖੋ, ਉਹਨਾਂ ਨੇ 15 ਸਾਲ ਪਹਿਲਾਂ ਵੀ ਬਣਾ ਕੇ ਰੱਖੀ ਸੀ ਪਾਰਟੀ, ਬਸ ਮੈਨੂੰ ਇੱਕ ਹੀ ਗੱਲ ਦਾ ਅਫਸੋਸ ਆ, ਜਿਹੜੀ ਉਹਨਾਂ ਨੇ ਗੁਰੂ ਦੀ ਗੋਲ ਦਿੱਤੀ ਆ ਜੀ ਦੁੱਧ ਛੁੱਟਦਾ ਜੀ ਤੱਕ ਜਵਾਬ ਨਹੀਂ ਸੰਗਤ ਨੂੰ। ਦੇਖੋ, ਸਾਡਾ ਕੌਮ ਨੂੰ ਅਸੀਂ ਜਵਾਬ ਦੇ, ਅਸੀਂ ਪਾਰਟੀ ਦਾ ਨਾਮ ਵੀ ਜਾਗੋ ਰੱਖ ਲਿਆ, ਪਰ ਪਹਿਲਾਂ ਆਪ 'ਤੇ ਜਾਗੋ, ਇਹ ਤਾਂ ਸੋਚੋ ਜਿਹੜੀ ਗੁਰੂ ਦੀ ਗੋਲ ਦਿੱਤਾ। ਅੱਜ ਤੱਕ ਸਭ ਪ੍ਰੈਸ ਕਾਨਫਰੰਸਾਂ ਹੋ ਗਈਆਂ ਨੇ, ਇੰਨੀਆਂ ਪ੍ਰੈਸ ਕਾਨਫਰੰਸਾਂ, ਮੀਡੀਆ, ਦੋਸ਼ ਬੇਦੋਸ਼, ਲੇਕਿਨ ਮੈਨੂੰ ਹੈਰਾਨਗੀ ਆ ਕਿ ਸਰਦਾਰ ਜੀ ਕੇ ਜਿਹੜੇ ਇੰਨੇ ਸਾਲ ਪ੍ਰਧਾਨ ਰਹਿ ਚੁੱਕੇ ਨੇ, ਇੱਕ ਵਾਰ ਮੈਨੂੰ ਇਹ ਨਹੀਂ ਦੱਸਿਆ ਕਿ ਜਿਹੜੀ ਗੋਲਕ ਦੀ ਲੁੱਟ ਸੁੱਟ ਮੈਂ ਕੀਤੀ ਉਹਦੀ ਕੀ ਸਪਸ਼ਟੀਕਰਨ ਆ, ਉਹਦਾ ਮੈਂ ਜਵਾਬ ਦਿੱਤਾ। ਸੋ ਮੈਂ ਨਹੀਂ ਸਮਝਦਾ, ਦਿੱਲੀ ਦੀ ਸੰਗਤ ਨੂੰ ਪਤਾ ਹੈ ਜਿਹੜਾ ਲੁੱਟ ਸੁੱਟ ਦਾ ਜਵਾਬ ਦੇਣ ਨੂੰ ਤਿਆਰ ਨਹੀਂ, ਉਹ ਤਾਂ ਦੁਬਾਰਾ ਉਹਨਾਂ ਦੀ ਮਾਨਸਿਕਤਾ ਕੀ ਔਰ ਉਹਨਾਂ ਦੀ ਕੀ ਸੋਚ ਆ, ਉਹਦੇ 'ਤੇ ਮੈਂ ਜਵਾਬ ਨਹੀਂ ਦੇਣਾ ਚਾਹੁੰਦਾ, ਸੰਗਤ ਆਪੇ ਜਵਾਬ। ਮਨਜੀਤ ਸਿੰਘ ਜੀ ਦਾ ਕਹਿਣਾ ਸਿਰਫ ਇਲਜ਼ਾਮਬਾਜ਼ੀ ਮੇਰੇ 'ਤੇ ਹੋ ਰਹੀ ਹੈ ਅਤੇ ਫਿਰ ਜਵਾਬ ਦੇਣ ਬਾਹਰ ਆਉਣ, ਉਹਨਾਂ ਨੂੰ ਹੁਣੇ ਵੀ ਜਿਹੜੀ ਆਡਿਟ ਹੋ ਰਿਹਾ ਉਹਨਾਂ ਨੂੰ ਬੜਾ ਚਾਅ ਸੀ ਆਡਿਟ ਦਾ, ਅਸੀਂ ਆਡਿਟ ਕਰਾ ਦਿੱਤਾ, ਵਰਲਡ ਦੀ ਬੈਸਟ ਕੰਪਨੀ ਦਾ ਆਡਿਟ ਕਰਾ ਦਿੱਤਾ, ਆਡੀਟਰ ਨੇ ਉਹਨਾਂ ਨੂੰ ਬੁਲਾਇਆ ਵੀ ਆ, ਆਡੀਟਰ ਸਾਹਮਣੇ ਨਹੀਂ ਪੇਸ਼ ਹੋਏ, ਇਹ ਉਹ ਜਵਾਬ ਦੇਣ ਕਿਉਂ ਨਹੀਂ ਪੇਸ਼ ਹੋਏ? ਮੈਨੂੰ ਬੁਲਾਇਆ, ਮੈਂ ਵੀ ਪੇਸ਼ ਹੋਇਆ, ਹਰਮੀਤ ਸਿੰਘ ਕਾਲਕ ਨੂੰ ਬੁਲਾਇਆ, ਉਹ ਵੀ ਪੇਸ਼ ਹੋਇਆ, ਅਸੀਂ ਸਾਰੇ ਪੇਸ਼ ਹੋਏ ਆਡੀਟਰ ਜੀ, ਸਾਨੂੰ ਸਾਰੇ ਸਵਾਲ ਕੀਤੇ ਗਏ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਡੀਟਰ ਜਿਹੜੀ ਕੰਪਨੀਆਂ ਇਹਨਾਂ ਨੇ ਇਹਦੇ ਜਿਹੜਾ ਪਾਰਟਨਰ ਆ ਉਹ CBI ਤੋਂ ਵਲੰਟਰੀ ਰਿਟਾਇਰਮੈਂਟ ਵਾਲਾ ਆਦਮੀ ਆ, ਜਿਸਨੇ
ਜੋ ਸਭ ਤੋਂ ਵੱਡਾ ਕਾਮਨਵੈਲਥ ਗੇਮਸ ਦਾ ਘੁਟਾਲਾ ਹੋਇਆ ਸੀ ਉਸਦੀ ਇਨਵੈਸਟੀਗੇਸ਼ਨ ਕੀਤੀ ਸੀ। ਜੇ ਆਪਾਂ ਚਾਹੁੰਦੇ ਹਾਂ ਕਿ ਦਿੱਲੀ ਦੇ ਸਿੱਖਾਂ ਦੇ ਅੱਗੇ ਸਫਾਈ ਸਪਸ਼ਟੀਕਰਨ ਆਵੇ, ਦਿੱਲੀ ਦੇ ਸਿੱਖਾਂ ਦੇ ਅੱਗੇ ਸੱਚ ਆਵੇ, ਤਾਂ ਫਿਰ ਆਪਾਂ ਨੂੰ ਸੱਚ ਵਾਸਤੇ ਪਹਿਰਾ ਦੇਣਾ ਚਾਹੀਦਾ, ਖਲੋਣਾ ਚਾਹੀਦਾ, ਬਲਕਿ ਦੋਸ਼ ਵਿਦੋਸ਼ ਲਾ ਕੇ ਭੱਜਣਾ ਅਤੇ ਫਿਰ ਦਿੱਲੀ ਸੰਗਤ ਸਭ ਜਾਣਦੀ ਹੈ ਦਿੱਲੀ ਸੰਗਤ ਘੋੜੀ 'ਤੇ ਹੈ। ਤੁਹਾਨੂੰ ਲੱਗਦਾ ਥਰਡ ਪੁਆਇੰਟ ਨੁਕਸਾਨ ਕਰ ਪਾਏਗਾ ਉਹ ਬੀਜੇਪੀ ਨੂੰ ਸਪੋਰਟ ਦੇਣ ਦੀ ਗੱਲ ਜਿਹੜੀ ਹੈ ਉਹ ਕਰ ਰਹੇ ਨੇ? ਮੈਨੂੰ ਨਹੀਂ ਪਤਾ ਕਿਹਨੂੰ ਸਪੋਰਟ ਦਿੰਦੇ ਨੇ, ਉਹ ਕਿਹਨੂੰ ਸਪੋਰਟ ਲੈਂਦੇ ਨੇ। ਅੱਜ ਦੀ ਡੇਟ ਅੰਦਰ ਜਿਹੜੇ ਲੋਕ ਗੋਲਕ ਦੇ ਚੋਰੀ ਦੇ ਇਲਜ਼ਾਮ ਅੰਦਰ ਹੋਣ, ਕੋਈ ਸਿੱਖ ਜਿਹੜਾ ਹੈ ਉਹ ਲਾਗੇ ਚੱਕ ਕੇ ਨਹੀਂ ਆਉਂਦਾ। ਕਿਉਂਕਿ ਦੇਖੋ ਕਰਪਸ਼ਨ ਇੱਕ ਵੱਖਰੀ ਗੱਲ ਹੁੰਦੀ ਹੈ, ਪਰ ਗੋਲਕ ਜਿਹੜੀ ਕਰਪਸ਼ਨ ਆ ਨਾ ਉਹ ਸਰਕਾਰੀ ਮਹਿਕਮੇ 'ਚ ਹੋ ਸਕਦੀ ਆ, ਲੇਕਿਨ ਗੁਰਦੁਆਰੇ ਜਿਹੜੀ ਹੁੰਦੀ ਆ ਉਹ ਗੋਲਕ ਚੋਰੀ ਹੁੰਦੀ, ਔਰ ਗੋਲਕ ਚੋਰੀ ਦਾ ਸਟਿਗਮਾ ਜਿਹੜਾ ਹੈ, ਗੋਲਕ ਚੋਰੀ ਜਿਹੜੀ ਆ ਉਹ ਬੜਾ ਉਹਨਾਂ ਨੇ ਸਿਰਫ ਇਸ ਕਰਕੇ ਪਾਰਟੀ ਦਾ ਹੁਣ ਐਲਾਨ ਕੀਤਾ ਕਿਉਂਕਿ ਉਹਨੂੰ ਪਤਾ ਕਿ ਉਹਨਾਂ ਦੇ ਖਿਲਾਫ਼ ਜਿਹੜੇ ਕੇਸ ਖੁੱਲ੍ਹੇ ਨੇ, ਹੋਰ ਜਿੰਨੀਆਂ ਆਡਿਟ ਦੇ ਦੌਰਾਨ ਸਭ ਕੁਝ ਸਾਹਮਣੇ ਆ ਰਿਹਾ ਹੈ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਲੋਕਾਂ ਨੇ ਜਨਤਕ ਹੋਣੀਆਂ ਨੇ। ਔਰ ਉਹਨਾਂ ਦੀ ਮੈਂ ਗੱਲ ਸੁਣ ਰਿਹਾ ਸੀ, ਮੈਂ ਪਹਿਲਾਂ ਕਿਹਾ ਤਾਂ ਮੇਰੇ ਖਿਲਾਫ਼ ਕੇਸਾਂ ਦੀ ਤੇਜ਼ੀ ਲਿਆਉਂਦੀ ਜਾਊਗੀ, ਤੁਸੀਂ ਗਲਤ ਕੰਮ ਕੀਤੇ ਆ, ਤੁਹਾਡੇ ਸਾਹਮਣੇ ਆ, ਤੇਜ਼ੀ ਕੀ ਤਾਂ ਸਲੋਹ ਕੀ, ਕੋਰਟ ਤੁਹਾਨੂੰ ਮੁਜਰਿਮ ਕਰਾਰ ਕਰਦੀ ਪਈ, ਕੋਰਟ ਨੇ ਤੁਹਾਡੇ 'ਤੇ ਧਾਰਾਵਾਂ ਲਾਈਆਂ ਨੇ, ਅਤੇ ਫਿਰ ਵੀ ਤੁਸੀਂ ਉਹਦੇ 'ਤੇ ਦੋਸ਼ ਦੋਸ਼ ਲੋਕਾਂ 'ਤੇ ਲਗਾਓ, ਤੁਹਾਡਾ ਫਰਜ਼ ਬਣਦਾ, ਸਗੋਂ ਤੁਸੀਂ ਆਪਣੀ ਸਫਾਈ ਰੱਖੋ, ਤੁਸੀਂ ਪ੍ਰੈਸ ਕਾਨਫਰੰਸ ਕਰੋ, ਆਪਣੇ ਕਾਗਜ਼ ਰੱਖੋ, ਦੇਖੋ ਜੀ ਆਹ ਵਾਲਾ ਕਾਗਜ਼ ਤਾਂ ਆਹ ਜਵਾਬ ਆਏ, ਆਹ ਪੇਪਰ ਦਾ ਜਵਾਬ ਆਏ, ਆਹ ਜਿਹੜਾ ਡਾਕੂਮੈਂਟ ਮੇਰੇ ਨਾਮ 'ਤੇ 50 ਲੱਖ ਲਿਖਿਆ ਗਿਆ ਆਹ ਇਹਦਾ ਜਵਾਬ ਆਏ, ਆਹ 30 ਲੱਖ ਦਾ ਜਵਾਬ ਆਏ, ਆਹ $1 ਲੱਖ ਦਾ ਜਵਾਬ ਆਏ, ਸਗੋਂ ਤੁਸੀਂ ਪਬਲਿਕ ਨੂੰ ਆ ਕੇ ਦੱਸੋ, ਲੋਕਾਂ ਨੂੰ ਵੀ ਸਫਾਈ ਮਿਲੇ, ਸਾਨੂੰ ਵੀ ਸਫਾਈ ਮਿਲੇ, ਅੱਜ ਤੱਕ ਤੁਹਾਨੂੰ ਸਾਨੂੰ ਹੀ ਜਵਾਬ ਨਹੀਂ ਦਿੱਤਾ ਤਾਂ ਅਸੀਂ ਲੋਕਾਂ ਦਾ ਕੀ ਕਹੀਏ।